ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਕਈ ਥਾਵਾਂ ਉਤੇ ਪੈਰੇ ਮੀਂਹ ਦੇ ਕਾਰਨ ਜਿੱਥੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਉੱਥੇ ਹੀ ਕਈ ਥਾਵਾਂ ਦੇ ਉਤੇ ਮੀਂਹ ਅਤੇ ਅਸਮਾਨੀ ਬਿਜਲੀ ਕਾਰਨ ਲੋਕਾਂ ਨੂੰ ਨੁਕਸਾਨ ਵੀ ਚੇਲਣਾ ਪਿਆ ਹੈ ਗੜਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਦੇ ਵਿੱਚ ਭਾਰੀ ਮੀਂਹ ਅਤੇ ਅਸਮਾਨੀ ਬਿਜਲੀ ਪੈਣ ਦੇ ਕਾਰਨ ਪਿੰਡ ਦੇ ਵਿੱਚ ਇੱਕ ਘਰ ਦੇਆਂ ਕੰਦਾਂ ਦੇ ਵਿੱਚ ਭਾਰੀ ਤਰੇੜਾਂ ਅਤੇ ਅੱਧਾ ਦਰਜਨ ਦੇ ਕਰੀਬ ਘਰਾਂ ਦੇ ਬਿਜਲੀ ਦੇ ਉਪਕਰਨ ਸੜ ਗਏ ਹਨ ਜਾਣਕਾਰੀ ਦਿੰਦੇ ਹੋਏ ਸ਼ਿੰਗਾਰਾਰਾਮ ਨੇ ਦੱਸਿਆ ਕਿ ਉਹਨਾਂ ਦੇ ਭਰਾ ਦੇ ਘਰ ਦੇ ਵਿੱਚ ਤੜਕਸਰ ਮੀਂਹ ਅਤੇ ਆਸਮਾਨੀ ਬਿਜਲੀ ਡਿੱਗਣ ਦੇ ਕਾਰਨ ਮਕਾਨ ਦੀਆਂ ਕੰਧਾਂ ਦੇ ਵਿੱਚ ਤਰੇੜਾਂ ਆ ਗਈਆਂ ਅਤੇ ਬਿਜਲੀ ਸਪਲਾਈ ਸੜ ਕੇ ਸੁਆਹ ਹੋ ਗਈ ਜਰਨੈਲ ਸਿੰਘ ਕਸ਼ਮੀਰ ਸਿੰਘ ਜਸਵੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਲਗਭਗ ਅੱਧਾ ਦਰਜਨ ਦੇ ਕਰੀਬ ਘਰਾਂ ਦੇ ਵਿੱਚ ਇਨਵਰਟਰ ਫ੍ਰਿਜ ਅਤੇ ਹੋਰ ਬਿਜਲੀ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਪਿੰਡ ਨੂਰਪੁਰ ਜੱਟਾਂ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਕਾਫੀ ਲੰਬਾ ਸਮਾਂ ਬਿਜਲੀ ਦੀ ਸਪਲਾਈ ਵੀ ਠੱਪ ਰਹੀ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੋਹਰ ਲਗਾਈ ਹੈ ਗਣਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਮੇਰਾ ਨਾਮ ਜੀ ਹੈ ਸ਼ੰਗਾਰाराम ਮੇਰੇ ਵੱਡੇ ਭਰਾ ਦਾ ਪੀਤ ਸਿੰਘ ਤੇ ਉਹ ਰਹਿੰਦੇ ਬਾਹਰ ਇਟਲੀ ਅੱਜ ਸਵੇਰੇ ਤਕਰੀਬਨ 5:00 ਵਜੇ ਧਮਾਕਾ ਹੋਇਆ ਜਿਸ ਵੇਲੇ ਬਿਜਲੀ ਮਤਲਬ ਲੇਸ਼ ਗਈ ਆ ਤੇ ਉਹਦੇ ਕਰਕੇ ਸਾਡਾ ਇਹ ਚੰਗਾ ਬਾਵਾ ਨੁਕਸਾਨ ਹੋਇਆ। ਆਲੇ ਦੁਆਲੇ ਗਵਾਂਡੀਆਂ ਦਾ ਵੀ ਹੋਇਆ। ਕਿਸੇ ਦਾ ਮੀਟਰ ਸੜ ਗਿਆ ਤੇ ਫ੍ਰਿਜ ਸੜ ਗਿਆ। ਫ੍ਰਿਜ ਕਿਸੇ ਦੀ ਕੁਛ ਇਨਵਰਟਰ ਵਗੈਰਾ ਤੇ ਕਾਫੀ ਕੁਛ ਨੁਕਸਾਨ ਹੋਇਆ ਜੀ। ਕਿਹੜਾ ਨੁਕਸਾਨ ਜਿੱਦਾਂ ਉਹ ਗੇਟ ਵੀ ਫਟਿਆ ਦਿਖ ਰਿਹਾ ਤੇ ਕੰਦਾਂ ਤੇੜਾ ਆ ਗਈਆਂ ਜੀ ਇਹ। ਇਹ ਕੰਦਾਂ ਦੇ ਵਿੱਚ ਇਦਾਂ ਤੇੜਾ ਆਈਆਂ ਜੀ ਇੱਥੇ ਸੀਗੀ ਆਹ ਸਾਕਟ ਸੀਗੀ ਬਿਜਲੀ ਵਾਲੀ। ਮੇਰਾ ਖਿਆਲ ਜਾਂ ਤਾਂ ਇਹ ਬਾਛੜ ਦੇ ਨਾਲ ਕੋਈ ਹੋਇਆ ਉਹਦਾ ਬਿਜਲੀ ਤੇ ਮਤਲਬ ਉਹ ਦੋਹਾਂ ਦੇ ਆਪਸ ਵਿੱਚ ਮੈਚ ਕਰ ਗਿਆ ਇਹਦੇ ਕਰਕੇ ਜਿੱਦਾਂ ਜਿੱਦਾਂ ਉਹ ਆਪਣੇ ਪੈਪ ਲੱਗੇ ਉਸੇ ਬਿਜਲੀ ਦੇ ਉੱਥੋਂ ਉੱਥੋਂ ਪਾੜ ਦੀ ਚਲ ਗਈ ਥੱਲੇ ਤੱਕਰ ਇਹ ਆ ਗੇਟ ਪਟਿਆ ਪਟ ਗਿਆ ਇਧਰ ਮਾਰਿਆ ਤੇ ਥੱਲੇ ਪੌੜੀ ਵਾਲੇ ਦਰਵਾਜ਼ਾ ਸੀਗਾ ਇਹਨਾਂ ਦੇ ਹਵੇਲੀ ਪਹੁੰਚਾ ਜਾ ਕੇ ਤੇ ਇਦਾਂ ਇਹ ਚੱਕਰ ਹੋਇਆ ਬਹੁਤ ਜ਼ੋਰ ਦਾ ਸੀਗਾ ਜੀ ਧਮਾਕਾ ਇੰਨਾ ਜ਼ਬਰਦਸਤ ਆ ਬਈ ਮਤਲਬ ਕੋਈ ਧਿਆਨ ਨਹੀਂ ਕਰ ਸਕਦੇ ਮਤਲਬ ਜਿੱਦਾਂ ਕਿਸੇ ਨੇ ਐਟਮ ਬੰਬ ਰੱਖਤਾ ਹੁੰਦਾ ਅੰਦਰ ਇਸ ਹਿਸਾਬ ਨਾਲ ਧਮਾਕਾ ਹੋਇਆ ਇਦਾਂ ਦਾ ਅਸੀਂ ਮੇਰੀ ਉਮਰ ਹੋ ਗਈ तकरीबन 52 52 ਸਾਲ ਮੈਂ ਇਦਾਂ ਦਾ ਕਦੀ ਕੋਈ ਚਾਂਸ ਨਹੀਂ ਦੇਖਿਆ ਵੀ ਹਾਂ ਵੀ ਇਦਾਂ ਕਦੀ ਇਹ ਮਤਲਬ ਦੇਖਿਆ ਹੀ ਨਹੀਂ ਕਦੀ ਵੀ ਬਿਜਲੀ ਦੇਸ਼ਕ ਦੀ ਆ ਦੇਖੀ ਆ ਮੀਂਹ ਪੈਂਦੇ ਵੀ ਦੇਖੇ ਆ ਬੰਬ ਵੀ ਚੱਲਦੇ ਦੇਖੇ ਆ ਮਤਲਬ ਮੂਵੀਆਂ ਚ ਜਾਂ ਜਿੱਦਾਂ ਮਤਲਬ ਉਹੀ ਸਿਸਟਮ ਹੋਇਆ ਹੈ ਹਾਂਜੀ ਮੇਰਾ ਨਾਮ ਜਨਰਲ ਸਿੰਘ ਆ ਜੀ ਸਾਬਕਾ ਸਰਪੰਚਾ ਨੂਰਪੁਰ ਜਟਾਂ ਸਵੇਰੇ ਆ 3:30-4 ਵਜੇ ਬਾਰ ਸ਼ੁਰੂ ਹੋਈ ਆ ਜੀ ਬਿਜਲੀ ਨਾਲ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਜੀ ਸਾਡੇ ਪਿੰਡਾਂ ਇੱਕ ਘਰ ਦਾ ਇੱਕ ਉਪਰਲੀ ਬਿਲਡਿੰਗ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਔਰ ਮੇਰਾ ਖਿਆਲ ਹੈ ਵੀ ਇੱਕ ਇੱਕ ਸਾਈਡ ਸਾਰੀ ਛੱਤ ਦੀ ਉਡ ਗਈ ਹੈ ਜੀ ਤੇ ਤਿੰਨ ਚਾਰ ਘਰਾਂ ਦਾ ਹੋਰ ਬਹੁਤ ਵੱਡਾ ਬਿਜਲੀ ਦਾ ਨੁਕਸਾਨ ਹੋਇਆ ਮੋਟਰਾਂ ਥੜ ਗਈਆਂ ਕੇਬਲਾਂ ਥੜ ਗਈਆਂ ਜੀ ਫ੍ਰਿਜਾਂ ਥੜ ਗਈਆਂ ਕਾਫੀ ਵੱਡੇ ਲੈਵਲ ਤੇ ਨੁਕਸਾਨ ਹੋਇਆ ਨੂਰ ਪਚਟਾ ਇਨਵਰਟਰ ਸੜ ਗਏ ਆ ਤੇ ਕਾਫੀ دیر ਬੱਤੀ ਬੰਦ ਰਹੀ ਹੈ ਜੀ ਬੜਾ ਵੱਡਾ ਨੁਕਸਾਨ ਹੋਇਆ ਸਰਕਾਰ ਨੂੰ ਚਾਹੀਦਾ ਕੋਈ ਨਹੀਂ ਮਾਤਰੀ ਚਾਹੀਦੀ ਸਰਕਾਰ ਨੂੰ ਚਾਹੀਦੀ ਆ ਜੀ ਸਰਕਾਰ ਨੂੰ ਚਾਹੀਦੀ ਜਿਨ੍ਹਾਂ ਦਾ ਨੁਕਸਾਨ ਹੋਇਆ ਬਹੁਤ ਵੱਡੇ ਲੈਵਲ ਤੇ ਉਹਨਾਂ ਦਾ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਭਾਈ ਮੈਂ ਕਸ਼ਮੀਰ ਸਿੰਘ ਨੂਰਪੁਰ ਜੱਟਾ ਜੀ ਅੱਥੇ ਸਵੇਰੇ ਕੋਈ 4:30 5:00 ਵਜੇ ਇੱਕ ਧਮਾਕਾ ਹੋਇਆ ਬਹੁਤ بڑا ਜੀ ਤੇ ਬਿਜਲੀ ਲੱਛ ਗਈ ਆ ਅਸੀਂ ਡਰੇ ਗਏ ਕਿ ਬੰਨੇ ਟਰਾਂਸਫਾਰਮ ਪਾੜ ਗਿਆ ਸਾਡੇ ਲੱਗੇ ਟਰਾਂਸਫਾਰਮ ਵੀ ਆ ਤੇ ਜਿਹੜੇ ਉੱਠ ਕੇ ਦੇਖਿਆ ਜੀ ਦਰਵਾਜ਼ੇ ਦਰਬੂਜੇ ਉੱਤੋਂ ਔੜ ਔੜ ਕੇ ਇੱਥੇ ਡਿਗੇ ਹੋ ਸਗੇ ਜੀ ਸਾਡੇ ਤੇ ਨਾਲ ਸਾਡਾ ਘਰ ਆ ਬਿਲਕੁਲ ਉੱਪਰ ਜਿੱਥੇ ਨੁਕਸਾਨ ਹੋਇਆ ਬਿਲਕੁਲ ਸਾਡਾ ਘਰ ਨਾਲ ਹੀ ਹੈ ਜੀ ਸਾਡੇ ਮੀਟਰ ਵੀ ਸੜ ਗਏ ਆ ਫਰਿੱਜ ਵੀ ਜੀ ਇਨਵਰਟਰ ਵੀ ਜੀ ਤੇ ਆ ਪੱਤੀਆਂ-ਪੁੱਤੀਆਂ ਵੀ ਸਾਰੀਆਂ ਬਾਹਰ ਡਿੱਗੀਆਂ ਐ ਸਭ ਬਲਬ ਬਲਬ ਸਾਰੇ ਡਕਟਰ ਕੇ ਡਿੱਗ ਪਿਆ ਤੇੜਾ-ਤੂੜਾ ਵੀ ਆ ਗਈਆਂ ਜੀ ਪਿੰਡ 'ਚ ਕਿੰਨੇ ਘਰਾਂ ਲਗਭਗ ਨੂੰ ਪਿੰਡ ਹੈਗੇ ਆ ਜੀ 5-6 ਘਰਾਂ ਦੇ ਹੋਇਆ ਜ਼ਿਆਦਾ ਨੁਕਸਾਨ ਜੀ ਇਨਵਰਟਰ ਬੈਟਰੀ ਪੁੱਟੀਆਂ ਸਾਰਾ ਸਾਰਾ ਜੀ ਸਾਰਾ ਹਾਂ ਇਲੈਕਟ੍ਰੀਕਲ ਜੋ ਵੀ ਆ ਬਿਜਲੀ ਦਾ ਸਾਰਾ ਸੜ ਗਿਆ ਜੀ ਜਿਹੜੇ ਘਰਾਂ ਨੁਕਸਾਨ ਉਹ ਬਿਜਲੀ ਹੈ ਨਹੀਂ ਉਹਨਾਂ ਘਰਾਂ 'ਚ ਨਹੀਂ ਬਿਲਕੁਲ